ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਅਮਰਜੀਤ ਸਿੰਘ ਮੋਨੂ। ਜਿਵੇਂ ਕਿ ਤੁਹਾਨੂੰ ਪਤਾ, ਅੱਜ ਤੋਂ ਕੋਈ 4 ਮਹੀਨੇ ਪਹਿਲਾਂ ਇੱਕ ਨੌਜਵਾਨ ਗੰਨੇ ਪਿੰਡ ਦਾ, ਜਿਸਦਾ ਨਾਮ ਮਨਦੀਪ ਕੁਮਾਰ ਹੈ, ਉਸਦਾ ਜਿਹੜਾ ਇਲਾਜ ਹੈ DMC ਵਿਖੇ ਚੱਲ ਰਿਹਾ ਸੀ ਅਤੇ ਉਹ ਸਹੀ ਸਲਾਮਤ ਹੋ ਕੇ ਆ, ਜਿਹੜਾ ਘਰ ਵੀ ਆ ਗਿਆ ਸੀ, ਤਾਂ ਉਸਦਾ ਜਿਹੜਾ ਘਰ ਆਉਣ ਤੋਂ ਬਾਅਦ ਆ ਜਿਹੜੀ ਉਹਦੀ ਫੂਡ ਪਾਈਪ ਆ ਉਸਦੇ ਵਿੱਚ ਆ ਜਿਹੜੀ ਪ੍ਰੋਬਲਮ ਆ ਗਈ ਸੀ, ਤਾਂ ਹੁਣ ਦੁਬਾਰਾ ਜਿਹੜਾ ਉਹਨੂੰ DMC ਦਾਖਲ ਕਰਵਾਇਆ ਗਿਆ, ਤਾਂ ਉਸਦੇ ਇਲਾਜ ਦੇ ਲਈ ਜਿਹੜਾ ਉਹਦੇ ਪਿੰਡ ਵਾਸੀ ਆ ਅਤੇ ਨੌਜਵਾਨ ਆ ਜਿਹੜੇ, ਉਹਦੇ ਇਲਾਜ ਦੇ ਲਈ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਂਕ ਦੇ ਵਿੱਚ ਆ ਜਿਹੜਾ ਡੋਨੇਸ਼ਨ ਇਕੱਠੀ ਕਰ ਰਹੇ ਆ। ਇਸ ਵੇਲੇ ਅਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਂਕ ਦੇ ਵਿੱਚ ਆ ਜਿਹੜਾ ਖੜ੍ਹੇ ਆ। ਪਿਛਲੇ 2-3 ਦਿਨ ਤੋਂ ਮੈਂ ਦੇਖ ਰਿਹਾ ਲਗਾਤਾਰ ਆ ਜਿਹੜਾ ਉਸਦੇ ਲਈ ਆ ਜਿਹੜੀ ਡੋਨੇਸ਼ਨ ਇਕੱਠੀ ਕਰ ਰਹੇ ਆ, ਅਤੇ ਆਪਣਾ ਫਲੋਰ ਵਾਸੀਆਂ ਦਾ ਫਰਜ਼ ਬਣਦਾ ਵੀ ਆਪਣੇ ਸ਼ਹਿਰ ਦਾ ਇਹ ਨੌਜਵਾਨ ਆ ਵੀ ਆਪਾਂ ਜੋ ਵੀ ਸਰਦਾ, ਇਹ ਨਹੀਂ ਕਹਿੰਦੇ ਵੀ ਕੋਈ ਮੋਟੀ ਰਕਮ ਦੇ ਕੇ ਜਾਵੇ, 10-20-50-100 ਜੋ ਵੀ ਤੁਹਾਡਾ ਹੈਲਪ ਕਰਨੇ ਨੂੰ ਦਿਲ ਕਰਦਾ ਉਹ ਤੁਸੀਂ ਕਰ ਸਕਦੇ ਆ। ਮੇਰੇ ਨਾਲ ਉਹਦੇ ਪਿੰਡ ਦੇ ਨੌਜਵਾਨ ਵੀ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਉਹਨਾਂ ਦਾ ਕਹਿਣਾ, ਸਾਰੀ ਗੱਲਬਾਤ ਉਹਨਾਂ ਨਾਲ ਜਾਣਦੇ ਆ, ਗੱਲ ਕਰ ਲੈਂਦੇ ਆ ਉਹਨਾਂ ਨਾਲ ਕੀ ਕਹਿਣਾ ਉਹਨਾਂ ਦਾ। ਭਾਜੀ ਕੀ ਨਾਮ ਹੈ ਤੁਹਾਡਾ? ਭਾਜੀ ਤੁਸੀਂ ਅੱਜ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਂਕ ਦੇ ਵਿੱਚ ਖੜ੍ਹੇ ਆ, ਮਨਦੀਪ ਆ, ਪਿਛਲੇ ਦਿਨੀਂ ਵੀ DMC ਦਾਖਲ ਸੀਗਾ, ਜਿੱਦਾਂ ਹੁਣ ਮੈਨੂੰ ਪਤਾ ਲੱਗਾ ਵੀ ਦੁਬਾਰਾ ਜਿਹੜਾ ਇਹ ਫਿਰ ਐਡਮਿਟ ਆ, ਕੀ ਭਾਜੀ ਪ੍ਰੋਬਲਮ ਆ? ਓਕੇ, ਅੱਛਾ ਜੀ, ਹੁਣ ਜਿਹੜੀ ਆ ਗਲੇ ਦੀ ਨਾੜੀ ਆ ਉਹ ਸੁੰਗੜ ਗਈ ਆ, ਤੇ ਹੁਣ ਡਾਕਟਰਾਂ ਨੇ ਕੀ ਦੱਸਿਆ? ਅੱਛਾ ਜੀ, ਅੱਛਾ ਕਿੰਨਾ ਕੁ ਖਰਚਾ ਦੱਸਿਆ ਉਹਨਾਂ? ਅੱਛਾ ਜੀ, ਅੱਛਾ ਜੀ, ਆਪਰੇਸ਼ਨ ਤੁਹਾਨੂੰ ਜਿਹੜਾ 2.5 ਲੱਖ ਦਾ ਦੱਸਿਆ, ਉਹ ਤੋਂ ਪਹਿਲਾਂ 2 ਲੱਖ ਤੁਸੀਂ 2-4 ਦਿਨਾਂ ਦੇ ਵਿੱਚ ਦੇ ਚੁੱਕੇ ਹੈ ਨਾ, ਅਤੇ ਕੀ ਲੋਕਾਂ ਨੂੰ ਕੀ ਅਪੀਲ ਕੀ ਕਰੂੰਗੇ? ਤੁਸੀਂ ਦੇਖ ਸਕਦੇ ਆ ਗੱਡੀਆਂ ਵਾਲੇ ਵੀ ਆ ਜਿਹੜਾ ਰੁਕ ਕੇ ਆਪਣੀ ਨੇਕ ਕਮਾਈ ਦੇ ਵਿੱਚੋਂ ਆ ਜੋ ਵੀ ਆ ਦਸਵਾਉਂਦੇ ਆ, ਉਹ ਜਿਹੜਾ ਇਸ ਨੌਜਵਾਨ ਵੀਰ ਦੇ ਲਈ ਵੱਧ ਚੜ੍ਹ ਕੇ ਦੇ ਰਹੇ ਆ ਲੰਘਦੇ ਵੜਦੇ, ਅਤੇ ਇਹਨਾਂ ਵੱਲੋਂ ਆ ਜਿਹੜਾ ਨੌਜਵਾਨ ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਂਕ ਦੇ ਵਿੱਚ ਖੜ੍ਹੇ ਆ। ਇਹ ਕੋਈ ਆਪਣੇ ਸ਼ੌਂਕ ਪੂਰੇ ਕਰਨ ਲਈ ਨਹੀਂ ਖੜ੍ਹੇ ਜਾਂ ਆਪਣੇ ਐਸ਼ੋ ਆਰਾਮ ਦੇ ਲਈ ਨਹੀਂ ਖੜ੍ਹੇ, ਇੱਕ ਨੌਜਵਾਨ 'ਤੇ ਜਿਹੜੀ ਬਿਪਤਾ ਖੜ੍ਹੀ ਆ ਅਤੇ ਉਹਦੇ ਕਰਕੇ ਆ ਜਿਹੜਾ ਇਹ ਅੰਬੇਡਕਰ ਚੌਂਕ ਦੇ ਵਿੱਚ ਖੜ੍ਹੇ ਆ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਬੜੇ ਅਫਸੋਸ ਦੇ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ, ਜੋ ਕੰਮ ਅੱਜ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਉਹ ਕੰਮ ਉਹਨਾਂ ਨੇ ਆਪਣੇ ਬਹੁਤ ਸਹੀ ਤਰੀਕੇ ਨਾਲ ਕੀਤੇ ਆ। ਉਹ ਚਾਹੁੰਦੇ ਸੀ ਵੀ ਅਸੀਂ ਦਰ ਦਰ ਭਟਕੀਏ, ਉਹ ਅਸੀਂ ਭਟਕ ਰਹੇ ਆ, ਨਾ ਤਾਂ ਸਾਨੂੰ ਵਧੀਆ ਸਹੂਲਤਾਂ ਸਰਕਾਰੀ ਹੋਸਪਿਟਲ 'ਚੋਂ ਮਿਲ ਰਹੀਆਂ, ਨਾ ਕਿਤੇ ਉਹ ਹੋਰ ਮਿਲ ਰਹੀਆਂ। ਸੱਚ ਆ ਜਿਹੜਾ ਹਮੇਸ਼ਾ ਕੜਦਾ ਹੁੰਦਾ ਇਹ ਲੱਗੂਗਾ ਵੀ ਜ਼ਰੂਰ ਕਈਆਂ ਨੂੰ, ਪਰ ਜੇ ਅੱਜ ਆਪਾਂ ਆਪਣੇ ਹਸਪਤਾਲਾਂ ਦੀ ਕੇਅਰ ਵਧੀਆ ਤਰੀਕੇ ਨਾਲ ਕੀਤੀ ਹੁੰਦੀ, ਅੱਜ ਇਹ ਜਿਹੜਾ ਨੌਜਵਾਨ ਆ ਪੈਸੇ ਦੇ ਕਰਕੇ ਜਿਹੜਾ ਤੜਫ ਰਿਹਾ, ਜਵਾਨ ਮੁੰਡਾ ਜਿਹੜਾ ਅੱਜ ਜਿਹੜਾ ਇਹ
DMC ਦੇ ਵਿੱਚ ਆਪਣਾ ਇਲਾਜ ਕਰਾਉਣ ਲਈ ਤੜਫ ਰਿਹਾ ਅਤੇ ਇਹਦੇ ਜਿਹੜੇ ਨਾਲ ਦੇ ਸਾਥੀ ਆ, ਦੋਸਤ ਆ ਇਹਦੇ ਜਾਂ ਇਹਦੇ ਪਿੰਡ ਦੇ ਕਹਿ ਲਓ, ਜਿਨ੍ਹਾਂ ਨੂੰ ਇਹਦਾ ਦੁੱਖ ਆ, ਉਹ ਅੱਜ ਉਹਦੇ ਲਈ ਆ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਂਕ ਦੇ ਵਿੱਚ ਆ ਜਿਹੜਾ ਦਸਵੰਧ ਆ ਜਿਹੜਾ ਲੋਕਾਂ ਤੋਂ ਲੈ ਰਹੇ ਆ ਵੀ ਇਸ ਬੱਚੇ ਦਾ ਜਿਹੜਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ। ਅਤੇ ਮੈਂ ਫਲੋਰ ਲਾਈਵ ਦੇ ਮਾਧਿਅਮ ਅਤੇ ਕ੍ਰਾਈਮ TV ਦੇ ਮਾਧਿਅਮ ਰਾਹੀਂ ਤੁਹਾਨੂੰ ਇਹ ਅਪੀਲ ਵੀ ਕਰੂੰਗਾ ਵੀ ਵੱਧ ਚੜ੍ਹ ਕੇ ਜਿੰਨਾ ਵੀ ਹੋ ਸਕਦਾ ਇਸ ਪਰਿਵਾਰ ਦੀ ਹੈ ਜਿਹੜੀ ਅੱਗੇ ਵੱਧ ਕੇ ਹੈਲਪ ਕਰੋ ਤਾਂ ਜੋ ਇਸ ਨੌਜਵਾਨ ਦੇ ਵਿੱਚ ਆ ਜਿਹੜਾ ਆਪਣੇ ਘਰ ਨੂੰ ਆਵੇ ਅਤੇ ਆਪਣੇ ਪਰਿਵਾਰ ਦੇ ਵਿੱਚ ਹੱਸੇ ਖੇਡੇ। ਸਾਰਿਆਂ ਅੱਗੇ ਅਸੀਂ ਇਹੀ ਬੇਨਤੀ ਕਰਾਂਗੇ ਵੀ ਵੱਧ ਚੜ੍ਹ ਕੇ ਆ ਜਿਹੜਾ ਇਸ ਨੌਜਵਾਨ ਲਈ ਆ ਜਿਹੜਾ ਆਪਣੀ ਨੇਕ ਕਮਾਈ 'ਚੋਂ ਆ ਜਿਹੜਾ ਦਸਵੰਧ ਆ ਜ਼ਰੂਰ ਕੱਢ ਕੇ ਜਿਹੜਾ ਇੱਥੇ ਦਿੱਤਾ ਜਾਵੇ। ਤੁਸੀਂ ਦੇਖ ਸਕਦੇ ਆ ਬਹੁਤ ਰਾਹਗੀਰ ਆ ਜੋ ਇਸ ਦੇ ਨਾਲ ਹਮਾਇਤ ਰੱਖਦੇ ਆ ਪਰਿਵਾਰ ਦੇ ਨਾਲ, ਜਿੰਨਾ ਵੀ ਸਰਦਾ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ 100, 50, 200, 300, ਅਗਰ ਤੁਹਾਡੇ ਕੋਲ 10-20 ਰੁਪਈਏ ਵੀ ਆ, 5 ਰੁਪਈਏ ਵੀ ਆ, ਤੁਸੀਂ ਉਹ ਕਰ ਸਕਦੇ ਆ। ਗੂਗਲ ਪੇ ਆ, ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਗੂਗਲ ਪੇ ਇਹਨਾਂ ਦਾ ਆਪਣਾ ਜਿਹੜਾ ਚੱਲਦਾ ਉਹ ਵੀ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ। ਇੱਕ ਇਹਦੇ ਕਮੈਂਟ ਦੇ ਵਿੱਚ ਆ ਜਿਹੜਾ ਮੈਂ ਗੂਗਲ ਪੇ ਦਾ ਸਕਰੀਨਸ਼ੋਟ ਆ ਜਿਹੜਾ ਇਹ ਪਾ ਦੂੰਗਾ। ਇੰਨਾ ਕੁ ਧਿਆਨ ਜ਼ਰੂਰ ਰੱਖਿਓ, ਇਹ ਜਿਹੜਾ ਗੂਗਲ ਪੇ ਚੱਲਦਾ ਨਰਿੰਦਰ ਕੁਮਾਰ ਦੇ ਨਾਮ 'ਤੇ ਚੱਲਦਾ, ਇੰਨਾ ਜ਼ਰੂਰ ਧਿਆਨ ਰੱਖਿਓ। ਨਰਿੰਦਰ ਕੁਮਾਰ ਆ, ਸੈਂਟਰਲ ਬੈਂਕ ਆਫ ਇੰਡੀਆ। ਅਤੇ ਸਾਰਿਆਂ ਅੱਗੇ ਅਸੀਂ ਇਹੀ ਅਪੀਲ ਕਰਾਂਗੇ ਵੀ ਜਿੰਨਾ ਵੀ ਹੋ ਸਕਦਾ ਮੇਰਾ ਵੀਰ, ਮੇਰੀਆਂ ਭੈਣਾਂ, ਆਪਣਾ ਜਿਹੜਾ ਜਿੰਨਾ ਵੀ ਆਪਣੇ ਤੋਂ ਸਰਦਾ, ਜੇ ਇੱਕ ਗੱਲ ਕਰੀਏ ਵੀ ਜੱਡਾ ਫਲੋਰ ਆ, ਅਗਰ ਆਪਾਂ ਇਸ ਮੁੰਡੇ ਦੀ ਸਾਰੇ ਫਲੋਰ ਵਾਲੇ ਰਲ ਕੇ ਵੀ 10-10, 20-20 ਰੁਪਏ ਦੀ ਵੀ ਹੈਲਪ ਕਰ ਦਈਏ ਇਕੱਲਾ ਇਕੱਲਾ ਜਣਾ, ਤਾਂ ਇਹ ਨੌਜਵਾਨ ਆ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਆ ਜਿਹੜਾ ਸਹੀ ਸਲਾਮਤ ਆ ਸਕਦਾ। ਕਿੱਥੇ ਉਹਦਾ ਪਰਿਵਾਰ ਆ ਜਿਹੜਾ ਪੈਸੇ ਚੱਕ ਚੱਕ ਕੇ ਵੀ ਲਾ ਚੁੱਕਿਆ, ਅਤੇ NGO ਨੇ ਵੀ ਪਹਿਲਾਂ ਬਹੁਤ ਸਾਥ ਦਿੱਤਾ ਅਤੇ NGO ਹੁਣ ਵੀ ਇਹਨਾਂ ਦੀ ਸਪੋਰਟ ਆ ਜਿਹੜੀਆਂ ਕਰ ਰਹੀਆਂ। ਪਰ ਤੁਹਾਨੂੰ ਬੇਨਤੀ ਕਰਦੇ ਹਾਂ ਜਿੰਨਾ ਵੀ ਹੋ ਸਕਦਾ ਤੁਸੀਂ ਇਸ ਨੌਜਵਾਨ ਦੇ ਲਈ ਆ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਚੌਂਕ ਦੇ ਵਿੱਚ ਇਹ ਮੇਰੇ ਵੀਰ ਸਵੇਰ ਤੋਂ ਖੜ੍ਹੇ ਹੁੰਦੇ ਆ, ਪਿਛਲੇ 3-4 ਦਿਨ ਤੋਂ ਖੜ੍ਹ ਰਹੇ ਆ, ਜਿੰਨਾ ਵੀ ਹੋ ਸਕਦਾ ਆਪਣੀ ਨੇਕ ਕਮਾਈ ਦੇ ਵਿੱਚੋਂ ਆ ਜਿਹੜਾ ਹੈਲਪ ਆ ਜਿਹੜੀ ਉਹ ਇਸ ਮੇਰੇ ਭਰਾ ਦੀ ਜ਼ਰੂਰ ਕਰਿਓ। ਤੁਸੀਂ ਦੇਖ ਸਕਦੇ ਹਾਂ ਬਹੁਤ ਸਾਰੇ ਲੋਕ ਆ ਜਿਹੜਾ ਇਸ ਨੌਜਵਾਨ ਦੀ ਹੈਲਪ ਲਈ ਅੱਗੇ ਵੀ ਆ ਰਹੇ ਆ, ਅਤੇ ਸਾਰਿਆਂ ਅੱਗੇ ਬੇਨਤੀ ਆ ਵੱਧ ਚੜ੍ਹ ਕੇ ਆ ਜਿਹੜਾ ਇਸ ਨੌਜਵਾਨ ਵੀਰ ਦੇ ਲਈ ਆ ਜਿਹੜਾ ਆਪਣਾ ਫਰਜ਼ ਬਣਦਾ, ਆਪਣਾ ਪਰਿਵਾਰ ਦਾ ਹਿੱਸਾ, ਆਪਣੇ ਸ਼ਹਿਰ ਦਾ ਮੁੰਡਾ, ਵੀ ਆਪੇ ਇੱਦਾਂ ਦੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦੀ ਜਿਹੜੀ ਬਾਂਹ ਫੜੀਏ, ਕਿਸੇ 'ਤੇ ਬੋਝ ਵੀ ਨਾ ਬਣੇ ਵੀ ਅਗਲਾ ਕਰਜ਼ੇ ਥੱਲੇ ਆ ਜਾਵੇ। ਚਲੋ ਉਹ ਤਾਂ ਆਏ ਹੀ ਆ, ਜਿਨ੍ਹਾਂ ਦਾ ਬੱਚਾ ਉਹ ਕਰਜ਼ੇ ਥੱਲੇ ਤਾਂ ਆਉਂਦਾ ਹੀ ਆ, ਪਰ ਆਪਾਂ ਆਪਣੇ ਵੱਲੋਂ ਇੱਕ ਇਨਸਾਨੀਅਤ ਦੇ ਨਾਤੇ ਆ ਜਿੰਨਾ ਵੀ ਆਪਣੇ ਤੋਂ ਸਰਦਾ 10-20 ਰੁਪਏ ਇੱਕ ਦਿਨ ਦਾ ਆਪਣਾ ਸ਼ੌਂਕ ਮਾਰ ਕੇ, ਐਸ਼ੋ ਆਰਾਮ ਮਾਰ ਕੇ ਆਪਾਂ ਜਿਹੜਾ ਇਸ ਪਰਿਵਾਰ ਦਾ ਜਿਹੜਾ ਸਾਥ ਦੇਈਏ, ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੱਧ ਤੋਂ ਵੱਧ ਆ ਜਿਹੜਾ ਇਸ ਵੀਰ ਲਈ ਅਰਦਾਸ ਵੀ ਕਰਿਓ ਅਤੇ ਇਸ ਵੀਰ ਦਾ ਜਿਹੜਾ ਸੰਯੋਗ ਜਿੰਨੀ ਕੁ ਥਾਂ ਤੋਂ ਮਦਦ ਹੁੰਦੀ ਆ ਉਸ ਦੇ ਨਾਲ ਆ ਜਿਹੜੀ ਇਸ ਪਰਿਵਾਰ ਦੀ ਆ ਜਿਹੜੀ ਵੱਧ ਚੜ੍ਹ ਕੇ ਆ ਜਿਹੜੀ ਮਦਦ ਜ਼ਰੂਰ ਕਰਿਓ। ਅਤੇ ਕਮੈਂਟ ਬੋਕਸ ਦੇ ਵਿੱਚ ਆ ਜਿਹੜਾ ਮੈਂ ਇਹਦਾ ਜਿਹੜਾ ਗੂਗਲ ਪੇ ਚੱਲਦਾ ਅਕਾਊਂਟ ਉਹਦਾ ਜਿਹੜਾ ਸਕਰੀਨਸ਼ੋਟ ਵੀ ਆ ਜਿਹੜਾ ਜ਼ਰੂਰ ਤੁਹਾਡੇ ਤੱਕ ਕਮੈਂਟ ਬੋਕਸ 'ਚ ਪਾ ਦਊਂਗਾ। ਅਤੇ
ਵੈਸੇ ਵੀਡੀਓ ਦੇ ਵਿੱਚ ਵੀ ਮੈਂ ਚੱਲਦਾ ਦਿਖਾਇਆ, ਇੱਕ ਵਾਰ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਫੇਰ ਦਿਖਾ ਦਿੰਦਾ ਅਤੇ ਕਮੈਂਟ ਬੋਕਸ ਦੇ ਵਿੱਚ ਆ ਜਿਹੜਾ ਮੈਂ ਇਹਨੂੰ ਜ਼ਰੂਰ ਪਾਊਂਗਾ। ਅਤੇ ਜੋ ਵੀ ਤੁਹਾਤੋਂ ਸਰਦਾ ਹੋਇਆ, ਚਾਹੇ 5 ਰੁਪਏ, 10 ਰੁਪਏ, 20 ਰੁਪਏ, 2 ਰੁਪਏ, ਜੋ ਵੀ ਤੁਹਾਡੀ ਸ਼ਰਧਾ ਉਹ ਤੁਸੀਂ ਇਸ ਗੂਗਲ ਪੇ 'ਤੇ ਪਾ ਸਕਦੇ ਆ। ਜੇ ਦੂਰ ਬੈਠੇ ਆ, ਅਗਰ ਕੋਈ ਫਲੋਰ ਦਾ ਰਾਹਗੀਰ ਲੰਘਦਾ ਵੜਦਾ ਕੋਈ ਸ਼ਹਿਰ ਨੂੰ ਘੁੰਮਣ ਆਉਂਦਾ, ਤਾਂ ਉਹਨਾਂ ਅੱਗੇ ਵੀ ਰਿਕੁਐਸਟ ਆ ਵੀ ਆਪਣਾ ਜਿਹੜਾ ਕਮਾਈ ਦੇ ਵਿੱਚੋਂ ਆ ਦਸਵੰਧ ਆ, ਆਪਾਂ ਗੁਰਦੁਆਰੇ ਮੰਦਰਾਂ 'ਚ ਵੀ ਦਿੰਦੇ ਹਾਂ, ਇਸ ਪਰਿਵਾਰ ਨੂੰ ਦਿਓ ਤਾਂ ਰੱਬ ਤੁਹਾਨੂੰ ਆ ਜਿਹੜਾ ਤੁਸੀਂ ਖੁਦ ਕਹੋਗੇ ਵੀ ਬਾਕੀ ਕੁਛ ਆ ਜਿਹੜਾ ਸਾਨੂੰ ਕੁਦਰਤ ਵੱਲੋਂ ਮਿਲਿਆ। ਅਤੇ ਸਾਰਿਆਂ ਨੂੰ ਇੱਕ ਵਾਰ ਹੱਥ ਜੋੜ ਕੇ ਫਿਰ ਬੇਨਤੀ ਕਰਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਸ ਪਰਿਵਾਰ ਦੀ ਆ ਜਿਹੜੀ ਵੱਧ ਤੋਂ ਵੱਧ ਆ ਜਿਹੜਾ ਇਹਦੇ ਨਾਲ ਖੜ ਕੇ ਇਹਦਾ ਸਾਥ ਦਿੱਤਾ ਜਾਵੇ, ਇਸ ਨੌਜਵਾਨ ਦੀ ਹੈਲਪ ਕੀਤੀ ਜਾਵੇ। ਆਪਣੀ ਨੇਕ ਕਮਾਈ 'ਚੋਂ ਜੋ ਵੀ ਤੁਹਾਤੋਂ ਸਰਦਾ ਜਿਹੜਾ ਉਹ ਜ਼ਰੂਰ ਆ ਜਿਹੜਾ ਤੁਸੀਂ ਦੇਖ ਸਕਦੇ ਆ, ਸਕੂਲ ਦੇ ਬੱਚੇ ਵੀ ਆ ਜਿਹੜਾ ਆਪਣੀ ਪੋਕਟ ਮਨੀ ਦੇ ਵਿੱਚੋਂ ਜੋ ਵੀ ਸਰਦਾ ਉਹ ਇੱਥੇ ਦੇ ਕੇ ਜਾਂਦੇ ਆ। ਸਵੇਰ ਤੋਂ ਖੜ੍ਹੇ ਹੁੰਦੇ ਆ, ਸ਼ਾਮ ਤੱਕ ਜਿਹੜਾ ਖੜ੍ਹਦੇ ਆ। ਗੰਨੇ ਪਿੰਡ ਦਾ ਨੌਜਵਾਨ ਆ ਮਨਦੀਪ ਇਹਦਾ ਨਾਮ ਆ, ਅੱਜ ਤੋਂ 4 ਮਹੀਨੇ ਪਹਿਲਾਂ ਰੋਡ ਐਕਸੀਡੈਂਟ ਦੇ ਵਿੱਚ ਆ ਜਿਹੜਾ ਇਹਦੀ ਕਾਰ ਨਾਲ ਟੱਕਰ ਹੋ ਗਈ, ਜਿਸ ਦੇ ਵਿੱਚ ਇਹ ਸਿਰ 'ਚ ਗੰਭੀਰ ਸੱਟ ਲੱਗਣ ਦੇ ਨਾਲ ਆ ਜਿਹੜਾ ਇਹ ਜ਼ਖਮੀ ਹੋ ਗਿਆ ਸੀ। ਤਾਂ ਇਹਦਾ ਆਪਰੇਸ਼ਨ ਵੀ ਆ ਜਿਹੜਾ ਕਰਾਇਆ ਗਿਆ ਸੀ ਸੰਜੋਗੀ ਸੱਜਣਾਂ ਦੇ ਨਾਲ, ਤਕਰੀਬਨ ਡਾਕਟਰਾਂ ਦੁਆਰਾ ਜਿਹੜਾ ਇਸਦੀ ਸਾਹ ਵਾਲੀ ਨਾਲੀ ਦਾ ਜਿਹੜਾ ਆਪਰੇਸ਼ਨ ਆ ਹੁਣ ਜਿਹੜਾ BMC ਦੇ ਡਾਕਟਰਾਂ ਵੱਲੋਂ ਦੱਸਿਆ ਗਿਆ, ਅਤੇ ਉਸਦੇ ਇਲਾਜ ਦੇ ਲਈ ਆ ਜਿਹੜੇ ਇਹ ਸਾਰੇ ਨੌਜਵਾਨ ਵੀਰ ਆ ਜਿਹੜੇ ਇਕੱਠੇ ਹੋਏ ਆ। ਅਤੇ ਅਸੀਂ ਤੁਹਾਨੂੰ ਬੇਨਤੀ ਜ਼ਰੂਰ ਕਰਾਂਗੇ ਵੀ ਜੋ ਵੀ ਤੁਹਾਤੋਂ ਸਰਦਾ ਇਸ ਨੌਜਵਾਨ ਦੀ ਹੈਲਪ ਦੇ ਲਈ ਵੱਧ ਚੜ੍ਹ ਕੇ ਆ ਜਿਹੜਾ ਸੰਯੋਗ ਜ਼ਰੂਰ ਕਰੋ। ਤਾਂ ਸਵੇਰ ਨੂੰ ਜਿਹੜੇ ਸਕੂਲ ਨੂੰ ਵੀ ਬੱਚੇ ਜਾਂਦੇ ਆ, ਮੈਂ ਦੇਖ ਰਿਹਾ ਪਿਛਲੇ 2-3 ਦਿਨ ਤੋਂ, ਅਤੇ ਕੁਝ ਐਮਰਜੈਂਸੀਆਂ ਜਾਂ ਮਜਬੂਰੀਆਂ ਕਰਕੇ ਨਹੀਂ ਰੁਕਣਾ ਹੋ ਸਕਿਆ। ਅੱਜ ਮੈਂ ਇਹਨਾਂ ਨਾਲ ਗੱਲ ਕੀਤੀ ਆ ਵੀ ਪਹਿਲਾਂ ਵੀ ਮੇਰੇ ਭਰਾ ਲਈ ਇੱਥੇ ਆ ਜਿਹੜਾ ਡੋਨੇਸ਼ਨ ਇਕੱਠੀ ਕੀਤੀ ਗਈ ਸੀ, ਇਹਨਾਂ ਨੇ ਦੱਸਿਆ ਵੀ ਭਾਅ ਜੀ ਠੀਕ ਹੋ ਕੇ ਘਰ ਆ ਗਿਆ ਜੀ, ਉਸ ਤੋਂ ਬਾਅਦ ਆ ਜਿਹੜਾ ਉਹਦੀ ਜਿਹੜੀ ਸਾਹ ਵਾਲੀ ਨਾੜੀ ਆ ਉਹ ਜਿਹੜੀ ਸੁੰਘਣ ਦੇ ਨਾਲ ਉਹਨੂੰ ਸਾਹ ਦੇ ਵਿੱਚ ਦਿੱਕਤ ਆਉਣ ਲੱਗ ਪਈ, ਅਤੇ ਹੁਣ ਤੱਕ ਆ ਜਿਹੜਾ ਉੱਥੇ 2 ਲੱਖ ਦੇ ਕਰੀਬ ਆ ਜਿਹੜਾ ਦੁਬਾਰਾ ਇਹ 3-4 ਦਿਨਾਂ ਦੇ ਵਿੱਚ ਪੈਸੇ ਜਮ੍ਹਾਂ ਕਰਾ ਚੁੱਕੇ ਆ। ਤਾਂ ਡਾਕਟਰਾਂ ਨੇ ਆ ਜਿਹੜਾ ਇਹਨਾਂ ਨੂੰ ਇਕੱਲਾ ਆਪਰੇਸ਼ਨ ਦਾ 2.5 ਲੱਖ ਰੁਪਈਆ ਜਿਹੜਾ DMC ਦੇ ਵਿੱਚ ਆਪਰੇਸ਼ਨ ਦਾ ਜਿਹੜਾ ਖਰਚਾ ਦੱਸਿਆ। ਅਤੇ ਆਪਾਂ ਆਪਣਾ ਇਨਸਾਨੀਅਤ ਨਾਤੇ ਫਰਜ਼ ਸਮਝਦੇ ਹੋਏ ਜੋ ਵੀ ਆਪਣੀ ਨੇਕ ਕਮਾਈ ਦੇ ਵਿੱਚ ਉਹ ਆਪਾਂ ਦੇਣਾ ਚਾਹੁੰਦੇ ਹਾਂ, ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਆਪਾਂ ਰੋਜ਼ ਆਪਣੀ ਜ਼ਿੰਦਗੀ ਦੇ ਵਿੱਚ 50-100 ਰੁਪਈਏ ਜਿਹੜੇ ਖਰਚ ਕਰਦੇ ਆ, ਆਪਣੇ ਢਿੱਡ ਲਈ ਕਰਦੇ, ਆਪਣੇ ਸ਼ੌਂਕ ਲਈ ਕਰਦੇ, ਆਪਾਂ ਕਿਸੇ ਲਈ ਕਰਦੇ ਹਾਂ, ਇੱਕ ਦਿਨ ਦੀ ਜਿਹੜੀ ਆਪਾਂ ਆਪਣੀ ਆ ਐਸ਼ੋ ਆਰਾਮ ਮਾਰ ਕੇ ਜਾਂ ਆਪਣੀ ਨੇਕ ਕਮਾਈ ਦੇ ਵਿੱਚੋਂ ਆ ਜਿਹੜਾ ਇਸ ਨੌਜਵਾਨ ਵੀਰ ਦੇ ਲਈ ਆ ਜਿਹੜਾ ਜੋ ਵੀ ਸਰਦਾ 10-20-50-100-500-1000 ਜੋ ਵੀ ਸਰਦਾ ਆਪਾਂ ਇਸ ਪਰਿਵਾਰ ਦੀ ਹੈਲਪ ਆ ਜਿਹੜੀ ਜ਼ਰੂਰ ਕਰੀਏ। ਧੰਨਵਾਦ ਜੀ।